ਸਵਾਲਾਂ ਨੂੰ ਮੁਖਾਤਬ ਨਹੀਂ ਹੋ ਰਹੇ ਤੇ ਬਹੁਤ ਜ਼ਿਆਦਾ ਮੰਦਭਾਗੀ ਗੱਲ ਆ। ਜਿਹੜਾ ਉੱਥੇ ਬੈਠੇ ਰਹਿਣਾ, ਜਿਹੜੀ ਇਹ ਸਾਰੀ ਗੱਲ ਦੇ ਵਿੱਚੋਂ ਇੱਕ ਗੱਲ ਨਿਕਲਦੀ ਹੈ, ਉਹ ਹੈ ਕਿ ਸੰਯੁਕਤ ਕਿਸਾਨ ਮੋਰਚਾ ਦੀ ਰਣਨੀਤੀ ਕੀ ਆ ਹੁਣ ਤੱਕ ਜੀ। ਉਹਨਾਂ ਦੀ ਰਣਨੀਤੀ ਕਾਫੀ ਸਪਸ਼ਟ ਹੈ। ਉਹਨਾਂ ਦੀ ਰਣਨੀਤੀ ਹੈ ਕਿ ਨਾ ਸਰਕਾਰ ਨੂੰ ਗੁੱਸੇ ਕਰੋ ਤੇ ਨਾ ਲੋਕਾਂ ਦਾ ਗੁੱਸਾ ਸਹੇੜੋ। ਉਹਦਾ ਤਰੀਕਾ ਕੀ ਹੈ? ਸਰਕਾਰ ਨੂੰ ਗੁੱਸੇ ਨਾ ਕਰਨ ਦਾ ਉਹਨਾਂ ਨੇ ਤਰੀਕਾ ਇਹ ਲੱਭਿਆ ਕਿ ਜੋ ਸਰਕਾਰ ਕਹਿੰਦੀ ਹੈ, ਜਿਵੇਂ ਸਰਕਾਰ ਕਹਿੰਦੀ ਹੈ, ਹਰ ਕੰਮ ਉਵੇਂ ਕਰੀ ਚੱਲੋ। ਸਰਕਾਰ ਨੂੰ ਬੜਾ ਤੰਗ ਕਰੋ ਹੀ ਨਾ ਤਾਂ ਕਿ ਸਰਕਾਰ ਗੁੱਸੇ ਚ ਨਾ ਆਵੇ। ਜਿਵੇਂ ਪਹਿਲਾਂ ਉਹਨਾਂ ਨੇ ਰਿੰਗ ਰੋਡ ਤੇ ਜਾਣ ਦਾ ਐਲਾਨ ਕੀਤਾ ਸੀ, ਦਿੱਲੀ ਪੁਲਿਸ ਨੇ ਇਜਾਜ਼ਤ ਨਹੀਂ ਦਿੱਤੀ ਤੇ ਉਹਨਾਂ ਨੇ ਰੂਟ ਬਦਲ ਕੇ ਉਹ ਕਰ ਲਿਆ ਜਿਹੜੇ ਰੂਟ ਦੀ ਇਜਾਜ਼ਤ ਦਿੱਲੀ ਪੁਲਿਸ ਨੇ ਉਹਨਾਂ ਨੂੰ ਦਿੱਤੀ। ਸਰਕਾਰ ਖੁਸ਼ ਹੋ ਗਈ। ਜਦੋਂ ਕੁਛ ਹੋਰ ਜਥੇਬੰਦੀਆਂ ਤੇ ਆਮ ਲੋਕਾਂ ਨੇ ਇਹ ਗੱਲ ਮੰਨਣ ਨੂੰ ਨਾ ਕਰਤੀ ਤੇ ਉਹ ਰਿੰਗ ਰੋਡ ਤੇ ਚਲੇ ਗਏ, ਪੁਲਿਸ ਨਾਲ ਉਹਨਾਂ ਦੀਆਂ ਝੜਪਾਂ ਹੋਈਆਂ, ਉਹ ਆਖਿਰਕਾਰ ਲਾਲ ਕਿਲੇ ਤੇ ਪਹੁੰਚ ਗਏ, ਤਾਂ ਇਹਨਾਂ ਨੇ ਫਿਰ ਨਿਸ਼ਾਨ ਸਾਹਿਬ ਚੜ੍ਹਾਏ ਜਾਣ ਨੂੰ ਲੈ ਕੇ ਭੰਡੀ ਪ੍ਰਚਾਰ ਕਰਨਾ ਜਿਹੜਾ ਉਹ ਆਰੰਭ ਕਰਤਾ। ਦੂਜੀ ਨੀਤੀ ਆ ਜਿਹੜੀ ਉਹਨਾਂ ਦੀ, ਮੈਂ ਬਸ ਇੱਕ ਮਿੰਟ ਦੇ ਵਿੱਚ ਗੱਲ ਪੂਰੀ ਕਰ ਲੈਣੀ ਹੈ। ਦੂਜੀ ਨੀਤੀ ਆ ਜਿਹੜੀ ਉਹਨਾਂ ਦੀ, ਉਹ ਇਹ ਹੈ ਕਿ ਲੋਕਾਂ ਨੂੰ ਵੀ ਗੁੱਸੇ ਨਾ ਕੀਤਾ ਜਾਵੇ, ਕਿ ਮੋਰਚਾ ਛੱਡ ਕੇ ਪਿੱਛੇ ਨਾ ਹਟਿਆ ਜਾਵੇ, ਬਸ ਜਿੱਥੇ ਬੈਠੇ ਆ ਉੱਥੇ ਬੈਠੇ ਰਹੋ, ਨਾ ਅੱਗੇ ਵਧਿਆ ਜਾਵੇ ਨਾ ਪਿੱਛੇ ਵਧਿਆ ਜਾ ਪਿੱਛੇ ਹਟਿਆ ਜਾਵੇ। ਇਹਦੇ ਵਿੱਚ ਮੇਰੇ ਖਿਆਲ ਦੇ ਵਿੱਚ ਆਗੂਆਂ ਦੀ ਸੋਚ ਇਹ ਹੈ ਕਿ ਨਾ ਸਰਕਾਰ ਨੂੰ ਗੁੱਸੇ ਕਰੋ ਨਾ ਲੋਕਾਂ ਨੂੰ ਗੁੱਸੇ ਕਰੋ, ਜਿਵੇਂ ਬੈਠੇ ਆ ਬੈਠੇ ਰਹੋ। ਪਰ ਇਹ ਗੱਲ ਦੇ ਵਿੱਚ ਬਹੁਤ ਵੱਡੀ ਸਮੱਸਿਆ, ਕਿਉਂਕਿ ਆਮ ਲੋਕਾਂ ਦਾ ਬਹੁਤ ਨੁਕਸਾਨ ਹੋ ਰਿਹਾ। ਜਿਹੜੇ ਆਗੂ ਨੇ ਉਹ, ਉਹਨਾਂ ਦੀ ਆਰਥਿਕ ਹਾਲਤ ਆ ਜਿਹੜੀ ਉਹ ਆਮ ਕਿਸਾਨ ਤੋਂ ਕਾਫੀ ਚੰਗੀ ਹੈ। ਕੁਛ ਆਗੂ ਤਾਂ ਇਹ ਵੀ ਦੱਸਿਆ ਜਾਂਦਾ ਕਿ ਉਹ ਕਰੋੜਾਂ ਅਰਬਾਂ ਪਤੀ ਨੇ, ਸੋ ਉਹ ਅਫੋਰਡ ਕਰਦੇ ਨੇ ਆਪਦੇ ਕੰਮ ਧੰਦੇ ਛੱਡ ਕੇ ਆਉਣਾ, ਤੇ ਉਹ ਰਹਿੰਦੇ ਵੀ ਹੋਟਲਾਂ ਦੇ ਵਿੱਚ ਨੇ, ਉਹ ਟਰਾਲੀਆਂ ਦੇ ਵਿੱਚ ਤਾਂ ਸੌਂਦੇ ਨੀ ਗੇ। ਆਮ ਲੋਕਾਂ ਦੀ ਸਥਿਤੀ ਇਹ ਨੀ ਗੀ, ਆਮ ਲੋਕ ਆ ਜਿਹੜੇ ਉਹ ਆਪਦੇ ਘਰਾਂ ਦਾ ਕੰਮ ਕਾਜ ਛੱਡ ਕੇ ਆਏ ਆ, ਉਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ, ਉਹ ਸੌਂ ਵੀ ਟਰਾਲੀਆਂ ਦੇ ਵਿੱਚ ਰਹੇ ਆ, ਤੇ ਉਹਨਾਂ ਦੀ ਜਾਨ ਨੂੰ ਵੀ ਖਤਰਾ, ਕਿਉਂਕਿ ਜਿਹੜੇ ਲੋਕ ਬਿਮਾਰ ਆ ਜਾਂ ਢਿੱਲੇ ਮੱਠੇ ਆ, ਤੇ ਉਹ ਫਿਰ ਜਦੋਂ ਟਰਾਲੀਆਂ ਦੇ ਵਿੱਚ ਠੰਡ ਦੇ ਵਿੱਚ ਸੌਂਦੇ ਆ, ਤੇ ਉਹਨਾਂ ਦੀ ਜਾਨ ਨੂੰ ਵੀ ਖਤਰਾ। ਸੋ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਆ ਜਿਹੜੇ ਉਹ ਇਹ ਗੱਲ ਨੀ ਸਮਝ ਰਹੇ, ਉਹ ਆਮ ਲੋਕਾਂ ਦਾ ਦੁੱਖ ਨਹੀਂ ਸਮਝ ਰਹੇ। ਉਹਨਾਂ ਨੂੰ ਸਿਰਫ ਆਪਦੀ ਪੋਜੀਸ਼ਨ ਬਚਾਉਣ ਦੀ ਪਈ ਆ, ਵੀ ਨਾ ਸਾਡੇ ਨਾਲ ਸਰਕਾਰ ਗੁੱਸੇ ਹੋਵੇ ਨਾ ਸਾਡੇ ਨਾਲ ਲੋਕ ਗੁੱਸੇ ਹੋਣ, ਅਸੀਂ ਵਿੱਚ ਵਿਚਾਲੇ ਬੈਠੇ ਰਹੀਏ ਜਿੰਨਾ ਚਿਰ ਸਰਕਾਰ ਮੰਨਦੀ ਨਹੀਂ, ਤੇ ਜਿੰਨਾ ਚਿਰ ਸਰਕਾਰ ਤੇ ਪ੍ਰੈਸ਼ਰ ਨਹੀਂ ਪੈਂਦਾ ਉਹਨਾਂ ਚਿਰ ਤਾਂ ਸਰਕਾਰ ਨੇ ਮੰਨਣਾ ਹੀ ਨਹੀਂ। ਜਿਹੜਾ ਲਾਲ ਕਿਲੇ ਦੇ ਵਿੱਚ ਦਾਖਲ ਹੋਣਾ, ਉੱਥੇ ਨਿਸ਼ਾਨ ਸਾਹਿਬ ਚੜ੍ਹਾਉਣਾ ਆ, ਇਹ ਸਰਕਾਰ, ਇਹ ਗੱਲ ਨੇ ਸਰਕਾਰ ਦੇ ਉੱਤੇ ਪ੍ਰੈਸ਼ਰ ਪਾਇਆ, ਤੇ ਇਹ ਗੱਲ ਨੇ ਸਰਕਾਰ ਨੂੰ ਸੋਚਣ ਵਾਸਤੇ ਮਜਬੂਰ ਕਰਨਾ ਸੀਗਾ। ਜੇ ਸਾਰੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਵੀ ਇਸ ਗੱਲ ਦੀ ਪੂਰੀ ਸਪੋਰਟ ਕਰਦੇ ਤੇ ਨੌਜਵਾਨਾਂ ਨੂੰ ਭੰਡਣ ਦੀ ਬਜਾਏ ਉਹ ਇਸ ਗੱਲ ਦੀ ਨਿਖੇਧੀ ਕਰਦੇ ਕਿ ਪੁਲਿਸ ਨੇ ਲਾਠੀਚਾਰਜ ਕਿਉਂ ਕੀਤਾ, ਪੁਲਿਸ ਨੇ ਕਿਉਂ ਗੋਲੀ ਚਲਾਈ, ਪੁਲਿਸ ਨੇ ਕਿਉਂ ਹਿੰਸਾ ਕੀਤੀ, ਨੌਜਵਾਨਾਂ ਨੇ, ਲੋਕਾਂ ਨੇ ਤਾਂ ਜਾ ਕੇ ਉੱਥੇ ਪੁਲਿਸ ਤੇ ਹਮਲਾ ਕੀਤਾ ਨਹੀਂ, ਜੇ ਪੁਲਿਸ ਨੇ ਹਮਲਾ ਕੀਤਾ ਤਾਂ ਉਹਨਾਂ ਨੇ ਜਵਾਬੀ ਕਾਰਵਾਈ ਕੀਤੀ। ਸੋ ਪੁਲਿਸ ਨੂੰ, ਸਰਕਾਰ ਨੂੰ ਦੋਸ਼ੀ ਠਹਿਰਾਉਣ ਦੀ ਬਜਾਏ ਉਹ ਆਮ ਲੋਕਾਂ ਨੂੰ ਤੇ ਨੌਜਵਾਨਾਂ ਨੂੰ ਦੋਸ਼ੀ ਠਹਿਰਾ ਰਹੇ ਆ, ਜਿਹੜੀ ਕਿ ਬਹੁਤ ਮੰਦਭਾਗੀ ਗੱਲ ਆ। ਸੋ ਇੰਨੀਆਂ ਕੁ ਮੈਂ ਬੇਨਤੀਆਂ ਕਰਦਾ ਹੋਇਆ ਤੁਹਾਨੂੰ।